ਸਰਬਜੀਤ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਨੇ ਫਰੀਦਕੋਟ ਤੋਂ ਜੀ, ਉਹਨਾਂ ਨੇ ਇੱਕ ਨਿੱਜੀ ਚੈਨਲ ਦੇ ਉੱਤੇ ਗੱਲਬਾਤ ਦੇ ਦੌਰਾਨ ਇੱਕ ਵੱਖਰੀ ਮੰਗ ਰੱਖ ਦਿੱਤੀ। USA ਹੈ, ਯੂਨਾਈਟਿਡ ਸਟੇਟਸ ਆਫ ਅਮੈਰੀਕਾ, ਉਹਦੇ ਵਿੱਚ ਕਹਿੰਦੇ ਵੱਖ ਵੱਖ ਸੂਬਿਆਂ ਦੇ ਵੱਖੋ ਵੱਖਰੇ ਕਾਨੂੰਨ ਨੇ। ਕਹਿੰਦੇ ਵੈਸੇ ਭਾਰਤ ਦੇ ਵਿੱਚ ਵੀ ਅਜਿਹਾ ਹੈ ਆ, ਪਰ ਇਹਨੂੰ ਲਾਗੂ ਕਰ ਦੇਣਾ ਚਾਹੀਦਾ ਹੈ ਜਿਵੇਂ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਹੈ, ਉਸੇ ਤਰ੍ਹਾਂ ਹੀ ਯੂਨਾਈਟਿਡ ਸਟੇਟ ਆਫ ਇੰਡੀਆ ਹੋ ਜਾਣਾ ਚਾਹੀਦਾ ਹੈ। ਆਪਣੇ ਆਪ ਦੇ ਵਿੱਚ ਨਵੀਂ ਮੰਗ ਹੈ ਜੀ ਕਿ ਅਲੱਗ ਅਲੱਗ ਸੂਬਿਆਂ ਦੇ ਵੱਖੋ ਵੱਖਰੇ ਕਾਨੂੰਨ ਹੋਣੇ ਚਾਹੀਦੇ ਨੇ। ਧਰਮਿੰਦਰ ਜੀ, ਲਾਗੂ ਇੱਥੇ ਕੀਤਾ ਨਹੀਂ ਗਿਆ ਜਦੋਂ ਇਹ ਸੰਵਿਧਾਨ ਬਣਿਆ ਸੀ, ਉਹਦੀ ਪਹਿਲੀ ਲਾਈਨ ਪੜ੍ਹੋ, ਹਮ ਭਾਰਤ ਕੇ ਲੋਕ। ਭਾਰਤ ਕੀ ਹੈ? ਯੂਨੀਅਨ ਆਫ ਸਟੇਟਸ। ਦੋ ਮੰਗਾਂ ਰੱਖੀਆਂ ਨੇ ਉਹਨਾਂ ਨੇ, ਉਹ ਚੈਨਲ ਦੀ ਇੰਟਰਵਿਊ ਦੇ ਵਿੱਚ ਇੱਕ ਬੜੇ ਤਿੱਖੇ ਸ਼ਬਦਾਂ ਦੇ ਵਿੱਚ ਉਹਨਾਂ ਨੇ ਕੰਗਨਾ ਰਣੌਤ ਨੂੰ ਵੀ ਵਰਜਿਆ। ਸਰਬਜੀਤ ਸਿੰਘ ਖਾਲਸਾ ਕਹਿੰਦੇ ਇਹਦੇ ਪਿਛਲੇ ਪਾਸੇ ਇੱਕ ਸੋਚ ਹੈ, ਇੱਕ ਵਰਤਾਂਤ ਹੈ ਜਿਹੜਾ ਸਿਰਜਣ ਦਾ ਯਤਨ ਕੀਤਾ ਜਾ ਰਿਹਾ ਹੈ। ਉਹਦੇ ਮੂਹਰੇ ਆ ਦੋ ਬੰਦੇ ਬਣ ਗਏ, ਜਿਵੇਂ ਔਜਲਾ ਸਾਹਿਬ ਨੇ ਕਿਹਾ ਸੀ ਕਿ ਭਾਰਤੀ ਜਨਤਾ ਪਾਰਟੀ ਦੇ ਕੋਲ ਦੋ ਕੰਗਨਾ ਨੇ ਗੀਆਂ, ਇੱਕ ਮੇਲ ਕੰਗਨਾ ਹੈ, ਇੱਕ ਫੀਮੇਲ ਕੰਗਨਾ। ਸਰਬਜੀਤ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਨੇ ਫਰੀਦਕੋਟ ਤੋਂ ਜੀ, ਉਹਨਾਂ ਨੇ ਇੱਕ ਨਿੱਜੀ ਚੈਨਲ ਦੇ ਉੱਤੇ ਗੱਲਬਾਤ ਦੇ ਦੌਰਾਨ ਇੱਕ ਵੱਖਰੀ ਮੰਗ ਰੱਖ ਦਿੱਤੀ ਹੈ। ਉਹ ਕਹਿੰਦੇ ਨੇ ਕਿ ਜਿਵੇਂ USA ਹੈ, ਯੂਨਾਈਟਿਡ ਸਟੇਟਸ ਆਫ ਅਮੈਰੀਕਾ, ਉਹਦੇ ਵਿੱਚ ਕਹਿੰਦੇ ਵੱਖ ਵੱਖ ਸੂਬਿਆਂ ਦੇ ਵੱਖੋ ਵੱਖਰੇ ਕਾਨੂੰਨ ਨੇ। ਕਹਿੰਦੇ ਵੈਸੇ ਭਾਰਤ ਦੇ ਵਿੱਚ ਵੀ ਅਜਿਹਾ ਹੈ ਆ, ਪਰ ਇਹਨੂੰ ਲਾਗੂ ਕਰ ਦੇਣਾ ਚਾਹੀਦਾ ਹੈ ਜਿਵੇਂ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਹੈ, ਉਸੇ ਤਰ੍ਹਾਂ ਹੀ ਯੂਨਾਈਟਿਡ ਸਟੇਟ ਆਫ ਇੰਡੀਆ ਹੋ ਜਾਣਾ ਚਾਹੀਦਾ ਹੈ। ਕਹਿੰਦੇ ਇਹ ਮੰਗ ਮੈਂ ਸੰਸਦ ਦੇ ਵਿੱਚ ਵੀ ਰੱਖਾਂਗਾ। ਇਹ ਜਿਹੜੀ ਚੀਜ਼ ਆ, ਕਹਿੰਦੇ ਜੀ, ਇਹ ਜਿਹੜਾ ਉਪਰਾਲਾ ਹੋਵੇਗਾ ਉਹ ਦੇਸ਼ ਦੀ ਉੱਨਤੀ ਦੇ ਵਿੱਚ, ਵਿਕਾਸ ਲਈ, ਤਰੱਕੀ ਲਈ ਕਾਫੀ ਅਹਿਮ ਹੋਵੇਗਾ। ਆਪਣੇ ਆਪ ਦੇ ਵਿੱਚ ਨਵੀਂ ਮੰਗ ਹੈ ਜੀ ਕਿ ਅਲੱਗ ਅਲੱਗ ਸੂਬਿਆਂ ਦੇ ਵੱਖੋ ਵੱਖਰੇ ਕਾਨੂੰਨ ਹੋਣੇ ਚਾਹੀਦੇ ਨੇ। ਧਰਮਿੰਦਰ ਜੀ, ਲਾਗੂ ਇੱਥੇ ਕੀਤਾ ਨਹੀਂ ਗਿਆ ਜਦੋਂ ਇਹ ਸੰਵਿਧਾਨ ਬਣਿਆ ਸੀ, ਉਹਦੀ ਪਹਿਲੀ ਲਾਈਨ ਪੜ੍ਹੋ, ਹਮ ਭਾਰਤ ਕੇ ਲੋਕ। ਭਾਰਤ ਕੀ ਹੈ? ਯੂਨੀਅਨ ਆਫ ਸਟੇਟਸ। ਜਿਹੜੇ ਇਹਦੇ ਬਹੁਤ ਸਾਰੇ ਕਾਨੂੰਨ ਨੇ ਸਾਡੇ, ਉਹਨਾਂ ਵਿੱਚ ਜਿਹੜੇ ਸਟੇਟ ਕਾਨੂੰਨ ਨੇ ਫਰਕ ਹੈ। ਦੋ ਮੰਗਾਂ ਰੱਖੀਆਂ ਨੇ ਉਹਨਾਂ ਨੇ, ਉਹ ਚੈਨਲ ਦੀ ਇੰਟਰਵਿਊ ਦੇ ਵਿੱਚ ਇੱਕ ਬੜੇ ਤਿੱਖੇ ਸ਼ਬਦਾਂ ਦੇ ਵਿੱਚ ਉਹਨਾਂ ਨੇ ਕੰਗਨਾ ਰਣੌਤ ਨੂੰ ਵੀ ਵਰਜਿਆ ਕਿ ਤੂੰ ਵਾਰ ਵਾਰ ਸਿੱਖਾਂ ਦੀਆਂ ਭਾਵਨਾਵਾਂ ਨਾ ਭੜਕਾ। ਸਰਬਜੀਤ ਸਿੰਘ ਖਾਲਸਾ ਕਹਿੰਦੇ ਇਹਦੇ ਪਿਛਲੇ ਪਾਸੇ ਇੱਕ ਸੋਚ ਹੈ, ਇੱਕ ਵਰਤਾਂਤ ਹੈ ਜਿਹੜਾ ਸਿਰਜਣ ਦਾ ਯਤਨ ਕੀਤਾ ਜਾ ਰਿਹਾ ਹੈ। ਉਹਦੇ ਮੂਹਰੇ ਆ ਦੋ ਬੰਦੇ ਬਣ ਗਏ, ਜਿਵੇਂ ਔਜਲਾ ਸਾਹਿਬ ਨੇ ਕਿਹਾ ਸੀ ਕਿ ਭਾਰਤੀ ਜਨਤਾ ਪਾਰਟੀ ਦੇ ਕੋਲ ਦੋ ਕੰਗਨਾ ਨੇ ਗੀਆਂ, ਇੱਕ ਮੇਲ ਕੰਗਨਾ ਹੈ, ਇੱਕ ਫੀਮੇਲ ਕੰਗਨਾ ਹੈ। ਇਹਦੇ 'ਚ ਮੈਂ ਸਮਝਦਾ ਕਿ ਜਿਹੜੀ ਮੰਗ ਇਹ ਉਠਾਈ ਹੈ, ਅਸਲ ਦੇ ਵਿੱਚ ਇਹ ਮੰਗ ਜਿਹੜੀ ਆ ਸਰਬਜੀਤ ਸਿੰਘ ਖਾਲਸਾ ਵਾਲੀ, ਧਰਮਿੰਦਰ ਜੀ, ਡਿਬੇਟ ਯੋਗ ਹੈ, ਸੰਵਾਦ ਯੋਗ ਹੈ। ਇਹਦੇ 'ਤੇ ਸੰਵਾਦ ਹੋਣਾ ਚਾਹੀਦਾ, ਸੰਵਾਦ ਬਹੁਤ ਜ਼ਰੂਰੀ ਹੈ। ਜੇ ਸੰਵਾਦ ਨਹੀਂ ਹੁੰਦਾ ਤਾਂ ਵੱਖਰੀ ਗੱਲ ਹੈ, ਪਰ ਇਹ ਵਿਚਾਰ ਸਰਬਜੀਤ ਸਿੰਘ ਦਾ ਹੈ। ਇਹਨੂੰ ਪਾਰਲੀਮੈਂਟ ਦੇ ਵਿੱਚ ਰੱਖਣ, ਸਪੀਕਰ ਸਾਹਿਬ ਇਹ 'ਤੇ ਬਹਿਸ ਕਰਾਉਣ
ਅਤੇ ਬਹੁ ਗਿਣਤੀ ਮੈਂਬਰ ਪਾਰਲੀਮੈਂਟ ਸਹਿਮਤ ਹੁੰਦੇ ਆ ਤਾਂ ਫਿਰ ਕਾਨੂੰਨ ਬਣ ਵੀ ਸਕਦਾ ਹੈ। ਪਰ ਇਹ ਕਹਿਣ ਨਾਲ ਨਹੀਂ ਹੋਣਾ, ਇਹ ਬਿੱਲ ਪਾਸ ਹੋਣ ਨਾਲ ਹੋਣਾ। ਬਿੱਲ ਪਾਸ ਤਾਂ ਪਹਿਲਾਂ ਉਸ ਤੋਂ ਇਹਦੇ 'ਤੇ ਸੰਵਾਦ ਕਰਾਇਆ ਜਾਵੇ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ 'ਤੇ ਰਹੇਗੀ ਤਿੱਖੀ ਨਜ਼ਰ, ਦੱਸਾਂਗੇ ਕੌਣ ਕਰ ਰਿਹਾ, ਕਿਹਦੇ 'ਤੇ ਜ਼ਬਰ। ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹਰ ਮੁੱਦੇ 'ਤੇ ਹੋਣਗੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ਼, ਬਣਾਂਗੇ ਬੁਲੰਦ ਆਵਾਜ਼। ਖੇਡ, ਸਿੱਖਿਆ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਾਰਾਂਗੇ ਝਾਤ। ਅਬ ਧਰਮ, ਧਰੋਹਰ, ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ। ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ।